ਬਿਲਡਿੰਗ ਸ਼ਾਪ ਦੇ ਵਿੱਚ ਜਿਹੜਾ ਅਸੀਂ ਜੁਆਇੰਟ ਲਗਾ ਰਹੇ ਹਾਂ ਅਸੀਂ ਕੱਟ ਜੁਆਇੰਟ ਲਾਉਣਾ ਐਮ ਐਸ ਸਟ੍ਰਿਪ ਦੇ ਉੱਪਰ ਵਿਦ ਆਪਣੀ ਜਿਹੜੀ ਬਿਲਡਿੰਗ ਆ ਮਿਗ ਬਿਲਡਿੰਗ ਦੇ ਨਾਲ ਜਦੋਂ ਅਸੀਂ ਕੋਈ ਵੀ ਜੁਆਇੰਟ ਲਗਾਉਂਦੇ ਹਾਂ ਸਭ ਤੋਂ ਪਹਿਲਾਂ ਸਾਨੂੰ ਮਟੀਰੀਅਲ ਚਾਹੀਦਾ ਸਾਡੇ ਕੋਲ ਜਿੱਦਾਂ ਐਮ ਐਸ ਸਟ੍ਰਿਪ ਆ ਇਸ ਨੂੰ ਅਸੀਂ ਮਟੀਰੀਅਲ ਸਾਡੇ ਕੋਲ ਹੈਗਾ ਇਹਨੂੰ ਅਸੀਂ ਪਹਿਲਾਂ ਸਟਾਰਟਿੰਗ ਦੇ ਵਿੱਚ ਹੀ ਮੇਜ਼ਰਮੈਂਟ ਕਰਾਂਗੇ ਮੇਜ਼ਰਮੈਂਟ ਕਰਨ ਤੋਂ ਬਾਅਦ ਅਸੀਂ ਇਹਦੀ ਮੇਜ਼ਰਮੈਂਟ ਜਿੱਦਾਂ ਆ ਸਕੇਲ ਸੀ ਨੂੰ ਲੈ ਲਿਆ ਇਹਦੇ ਨਾਲ ਅਸੀਂ ਇਹਦੀ ਮੇਜ਼ਰਮੈਂਟ ਕਰਾਂਗੇ ਮੇਜ਼ਰਮੈਂਟ ਕਰਕੇ ਅਸੀਂ ਜੋ ਵੀ ਇਹਦੀ ਜਿੱਦਾਂ ਡਿਮੈਂਸ਼ਨ ਆ ਹੁਣ ਅਸੀਂ ਪੀਸ ਦੇ ਬੱਟ ਜੁਆਇੰਟ ਅਸੀਂ ਲਗਾਉਣਾ ਹੈਗਾ ਅਸੀਂ ਇਹ 70-70 mm ਦੇ ਦੋ ਪੀਸ ਲੈ ਲੈਣੇ ਨੇ ਉਹਦੀ ਮਾਰਕਿੰਗ ਕਰ ਦੇਣੀ ਹੈ ਠੀਕ ਹੈ ਮਾਰਕਿੰਗ ਕਰਕੇ ਇੱਦਾਂ ਜਦੋਂ ਅਸੀਂ ਉਹਦੀ ਮਾਰਕਿੰਗ ਕਰਤੀ ਉਸ ਤੋਂ ਬਾਅਦ ਅਸੀਂ ਇਹਦੀ ਕਟਿੰਗ ਕਰਾਂਗੇ ਕਟਿੰਗ ਕਰਨ ਵੇਲੇ ਇਹ ਜਿਹੜਾ ਪੀਸ ਹੈ ਇਹਨੂੰ ਅਸੀਂ ਹੋਲਡਿੰਗ ਡਿਵਾਈਸ ਦੇ ਵਿੱਚ ਜਦੋਂ ਇਹਦੀ ਕਟਿੰਗ ਕਰਨੀ ਆ ਤਾਂ ਉਦੋਂ ਇਸ ਨੂੰ ਅਸੀਂ ਬੈਂਚ ਵਾਈਸ ਜਿਹੜਾ ਆਪਣਾ ਹੋਲਡਿੰਗ ਡਿਵਾਈਸ ਕਿਹਾ ਜਾਂਦਾ ਉਹਦੇ ਵਿੱਚ ਇਹਨੂੰ ਫਿੱਟ ਕਰਾਂਗੇ ਫਿੱਟ ਕਰਕੇ ਜਿਹੜੀ ਅਸੀਂ ਕਟਿੰਗ ਕਰਨੀ ਆ ਉਹ ਅਸੀਂ ਹੈਂਡ ਹੈਕਸਰ ਦੇ ਨਾਲ ਕਰਾਂਗੇ ਹੈਂਡ ਹੈਕਸਰ ਦੇ ਨਾਲ ਹੁਣ ਇਹਦੀ ਅਸੀਂ ਪ੍ਰੋਪਰ ਪੋਜੀਸ਼ਨ ਦੇ ਵਿੱਚ ਰੱਖ ਕੇ ਇਹਨੂੰ ਕਟਿੰਗ ਕਰਾਂਗੇ ਕਟਿੰਗ ਕਰਕੇ ਸਾਡੇ ਕੋਲ ਅਸੀਂ ਪੀਸ ਦੋ ਪੀਸ ਕੱਟ ਲਿਆ ਇੱਕ ਸਾਡੇ ਕੋਲ ਆਇਆ ਪਹਿਲਾਂ ਅਸੀਂ ਆਹ ਜਿਹੜਾ ਪੀਸ ਆ ਜਿਹੜਾ ਅਸੀਂ ਕੱਟਿਆ ਹੋਇਆ ਇਹਨੂੰ ਅਸੀਂ ਹੋਲਡਿੰਗ ਡਿਵਾਈਸ ਦੇ ਵਿੱਚ ਫਿੱਟ ਕਰਕੇ ਇਹਦੀ ਅਸੀਂ ਫਾਈਲਿੰਗ ਕਰਾਂਗੇ ਜਦੋਂ ਵੀ ਆਪਾਂ ਕੋਈ ਵੀ ਜੁਆਇੰਟ ਲਗਾਉਣਾ ਹੈਗਾ ਉਹਨੂੰ ਪਹਿਲਾਂ ਕਟਿੰਗ ਤੋਂ ਬਾਅਦ ਅਸੀਂ ਉਹਦੀ ਫਾਈਲਿੰਗ ਕਰਨੀ ਜ਼ਰੂਰੀ ਹੈ ਹੁਣ ਇਹਦੀ ਦੇਖੋ ਅਸੀਂ ਪ੍ਰੋਪਰ ਤਰੀਕੇ ਨਾਲ ਫਲੈਟ ਫਾਈਲ ਦੇ ਨਾਲ ਇਹਨੂੰ ਅਸੀਂ ਫਾਈਲਿੰਗ ਕਰਾਂਗੇ ਹਾਂਜੀ ਬੱਚੇ ਹੁਣ ਸਾਡੇ ਕੋਲ ਜਿੱਦਾਂ ਆਹ ਪੀਸ ਅਸੀਂ ਫਾਈਲਿੰਗ ਕਰ ਲਈ ਫਾਈਲਿੰਗ ਕਰਕੇ ਅਸੀਂ ਜਿਹੜਾ ਮੇਨ ਇਹਦੇ ਵਿੱਚ ਦੇਖਿਆ ਅਸੀਂ ਆ 20 ਗਰੂਪ ਬਣਾ ਦਿੱਤੇ ਦੋਨਾਂ ਪੀਸਾਂ ਦੇ ਵਿੱਚ ਇਹ ਫਾਈਲਿੰਗ ਕਰਕੇ ਬਣਾਏ ਨੇ ਕਿਉਂਕਿ ਜਦੋਂ ਅਸੀਂ ਤਾਂ ਬੱਟ ਜੁਆਇੰਟ ਲਗਾਉਣਾ ਹੈਗਾ ਉਦੋਂ ਇਹਨੂੰ ਜਦੋਂ ਇੱਦਾਂ ਰੱਖ ਕੇ ਪੀਸ ਲਗਾਵਾਂਗੇ ਤਾਂ ਜਿਹੜੀ ਬਿਲਡਿੰਗ ਆ ਉਹ ਪ੍ਰੋਪਰ ਇਹਦੇ ਵਿੱਚ ਮਰਜ ਹੋ ਜਾਏਗੀ ਅਗਰ ਅਸੀਂ ਗਰੂਪ ਨਾ ਬਣਾਵਾਂਗੇ ਤਾਂ ਜਿਹੜਾ ਆਪਣਾ ਜੁਆਇੰਟ ਆ ਉਹ ਪੂਰਾ ਪ੍ਰੋਪਰ ਨਹੀਂ ਲੱਗੇਗਾ ਅਤੇ ਉਹਦੀ ਜਿਹੜੀ ਸਟਰੈਂਥ ਆ ਬਹੁਤ ਘੱਟ ਜਾਵੇਗੀ ਹੁਣ ਅਸੀਂ ਜਦੋਂ ਸਾਡੇ ਦੋਨੋਂ ਪੀਸ ਤਿਆਰ ਨੇ ਹੁਣ ਅਸੀਂ ਇਹਨੂੰ ਆਪਣੇ ਮਿਗ ਬਿਲਡਿੰਗ ਦੇ ਉੱਪਰ ਲੈ ਕੇ ਜਾਵਾਂਗੇ ਅਤੇ ਉੱਥੇ ਜਾ ਕੇ ਆਪਾਂ ਇਹਦਾ ਜੁਆਇੰਟ ਲਗਾਵਾਂਗੇ ਸਾਡੇ ਕੋਲ ਜਿਵੇਂ ਹੁਣ ਮਿਗ ਬਿਲਡਿੰਗ ਦੇ ਉੱਪਰ ਅਸੀਂ ਇਹਨੂੰ ਲਿਆ ਕੇ ਅਸੀਂ ਜੁਆਇੰਟ ਲਗਾਵਾਂ ਜਿਹੜਾ ਬੱਚੋ ਇੱਕ ਗੱਲ ਦਾ ਧਿਆਨ ਰੱਖਾਂ ਜਦੋਂ ਵੀ ਆਪਾਂ ਬਿਲਡਿੰਗ ਕਰਨੀ ਹੈ ਤਾਂ ਆਪਾਂ ਨੂੰ ਉਹਦੇ ਬਿਲਡਿੰਗ ਕਰਨ ਤੋਂ ਪਹਿਲਾਂ ਆਪਾਂ ਨੂੰ ਸੇਫਟੀ ਪ੍ਰੀਕੋਸ਼ਨ ਜਿਹੜੇ ਲੈਣੇ ਬਹੁਤ ਜ਼ਰੂਰੀ ਸੇਫਟੀ ਪ੍ਰੀਕੋਸ਼ਨ ਦੇ ਵਿੱਚ ਇੱਕ ਤਾਂ ਆਪਣਾ ਐਪਰਨ ਆ ਗਿਆ ਇੱਕ ਆਪਣੇ ਗਲਵਜ਼ ਆ ਗਏ ਇੱਕ ਆਪਣਾ ਆਈ ਸ਼ੀਲਡ ਆ ਗਿਆ ਇੱਕ ਇਹ ਟੋਂਗ ਆ ਗਿਆ ਟੋਂਗ ਵੀ ਇੱਕ ਆਪਣਾ ਸੇਫਟੀ ਡਿਵਾਈਸ ਦੇ ਵਿੱਚ ਆਉਂਦਾ ਕਿਉਂਕਿ ਜਦੋਂ ਵੀ ਕੋਈ ਗਰਮ ਪੀਸ ਆਪਾਂ ਚੱਕਣਾ ਤਾਂ ਉਹਨੂੰ ਇੱਕ ਆਪਾਂ ਨੰਗੇ ਹੱਥ ਨਾਲ ਨਹੀਂ ਚੱਕਣਾ ਉਹਨੂੰ ਆਪਾਂ ਟੋਂਗ ਦੀ ਵਰਤੋਂ ਨਾਲ ਚੱਕਣਾ ਜਦੋਂ ਵੀ ਜੋ ਬਿਲਡਿੰਗ ਰਹਿੰਦੀ ਪੀਸ ਬਹੁਤ ਗਰਮ ਹੁੰਦਾ ਤਾਂ ਇਹਨੂੰ ਇਹ ਨਹੀਂ ਹੈਗਾ ਵੀ ਆਪਾਂ ਉਹਨੂੰ ਸਿੱਧਾ ਹੱਥ ਪਾਲੀਏ ਜੋ ਉਹਨੂੰ ਆਪਾਂ ਟੋਂਗ ਦੀ ਹੈਲਪ ਨਾਲ ਚੱਕਣਾ ਤਾਂ ਕਰਕੇ ਜਿਹੜਾ ਟੋਂਗ ਆ ਇਹ ਵੀ ਆਪਣਾ ਸੇਫਟੀ ਡਿਵਾਈਸ ਦੇ ਵਿੱਚ ਹੀ ਆ ਜਾਂਦਾ ਬੱਚੋ ਹੁਣ ਅਸੀਂ ਜਦੋਂ ਬਿਲਡਿੰਗ ਕਰਦੇ ਤਾਂ ਇਹ ਸਾਡਾ ਇੱਕ ਬਾਕੀ ਕੈਬਨ ਬਣਿਆ ਹੋਇਆ ਅਸੀਂ ਬਾਕੀ ਕੈਬਨ ਦੇ ਵਿੱਚ ਆ ਸਾਡਾ ਵਰਕਿੰਗ ਟੇਬਲ ਆ ਟੇਬਲ ਦੇ ਉੱਪਰ ਅਸੀਂ ਜੋਬ ਨੂੰ ਰੱਖ ਕੇ ਬਿਲਡਿੰਗ ਕਰਾਂਗੇ ਜਿਹੜੀ ਹੁਣ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਿਆ ਵੀ ਜਿਹੜੀ ਬਿਲਡਿੰਗ ਕਰਨੀ ਉਹ ਆਪਾਂ ਟੈਕ ਮਿਗ ਬਿਲਡਿੰਗ ਕਰਨੀ ਆ ਜਿਹਦੀ ਫੁੱਲ ਫਾਰਮ ਹੈ ਮੈਟਲ ਇਨਰਟ ਗੈਸ ਅਤੇ ਇਹਨੂੰ ਗੈਸ ਮੈਟਲ ਆਰਕ ਬਿਲਡਿੰਗ ਵੀ ਕਹਿੰਦੇ GMAW ਵੀ ਕਹਿੰਦੇ ਹਨ ਮੈਂ ਹੁਣ ਪਹਿਲਾਂ ਆਪਾਂ ਨੂੰ ਬਿਲਡਿੰਗ ਕਰਨ ਤੋਂ ਪਹਿਲਾਂ ਬੱਚੇ ਮੈਂ ਤੁਹਾਨੂੰ ਤੁਹਾਡਾ ਜਿਹਾ ਆਪਣੀ ਬਿਲਡਿੰਗ ਬਾਰੇ ਦੱਸ ਦੇਣਾ ਚਾਹੁੰਦਾ ਵੀ ਮਿਗ ਬਿਲਡਿੰਗ ਹੁੰਦੀ ਕੀ ਆ ਮਿਗ ਬਿਲਡਿੰਗ ਦੇ ਜਿਹਦੇ ਵਿੱਚ ਜਿਹੜਾ ਆਪਣਾ ਇਲੈਕਟ੍ਰੋਡ ਯੂਜ਼ ਕਰਦੇ ਹਾਂ ਉਹ ਆਪਾਂ ਕੰਜ਼ੂਮੇਬਲ ਇਲੈਕਟ੍ਰੋਡ ਯੂਜ਼ ਕਰਦੇ ਹਾਂ ਕੰਜ਼ੂਮੇਬਲ ਇਲੈਕਟ੍ਰੋਡ ਦਾ ਮਤਲਬ ਇਹ ਹੈ ਵੀ ਜਦੋਂ ਵੀ ਆਪਾਂ ਕੋਈ ਪੀਸ਼ਾਬਾਜ਼ੀ ਬਿਲਡਿੰਗ ਕਰਾਂਗੇ ਤਾਂ ਜਿਹੜਾ ਇਲੈਕਟ੍ਰੋਡ ਆ ਉਹ ਕੰਜ਼ਿਊਮ ਹੋਵੇਗਾ ਆਹ ਇਹਦਾ ਇਲੈਕਟ੍ਰੋਡ ਆ ਇਹ ਮੇਡ ਇਨ ਸਟੀਲ ਆਉਂਦਾ ਇਹਨੂੰ ਕੋਪਰ ਦੀ ਕੋਟਿੰਗ ਕਰੀ ਹੁੰਦੀ ਆ ਠੀਕ ਆ ਉਹ ਆਪਣੇ ਰੋਲ ਆਉਂਦਾ ਰੋਲ ਦੇ ਵਿੱਚ ਫਿੱਟ ਕਰਕੇ ਉਸ ਤੋਂ ਬਾਅਦ ਇਹ ਜਿਹੜਾ ਸਾਡੀ ਆਪਣੀ ਮਿਗ ਬਿਲਡਿੰਗ ਆ ਇਹ ਸੈਲਫ ਕੰਟਰੋਲਡ ਬਿਲਡਿੰਗ ਆ ਸੈਲਫ ਕੰਟਰੋਲ ਬਿਲਡਿੰਗ ਆ ਇਹਦੇ ਵਿੱਚ ਜਦੋਂ ਬਿਲਡਿੰਗ ਕਰਨੀ ਇਹਦੇ ਨਾਲ ਇੱਕ ਸ਼ੀਲਡਿੰਗ ਗੈਸ ਵੀ ਯੂਜ ਕਰਦੇ ਹਾਂ ਜਿਹੜੀ ਸ਼ੀਲਡਿੰਗ ਗੈਸ ਆ ਤੁਸੀਂ ਆਪਾਂ ਇਹ ਦੇਖਾਂਗੇ ਜਿਹੜੀ ਮਿਗ
ਬਿਲਡਿੰਗ ਦੇ ਉੱਪਰ ਸ਼ੀਲਡਿੰਗ ਗੈਸ ਆ, ਆਪਾਂ ਆਰਗਨ, ਹੀਲੀਅਮ ਅਤੇ ਕਾਰਬਨ ਡਾਈਆਕਸਾਈਡ ਵੀ ਯੂਜ ਕਰ ਸਕਦੇ ਹਾਂ, ਪਰ ਜੋ ਅਸੀਂ ਯੂਜ ਕਰਦੇ ਹਾਂ ਆਪਾਂ ਕਾਰਬਨ ਡਾਈਆਕਸਾਈਡ ਦਾ ਜਿਹੜਾ ਸਿਲੰਡਰ ਆ ਉਹ ਆਪਾਂ ਸ਼ੀਲਡਿੰਗ ਗੈਸ ਯੂਜ ਕਰਦੇ ਹਾਂ ਇਹਦੇ ਵਿੱਚ, ਠੀਕ ਹੈ। ਮੇਕ ਬਿਲਡਿੰਗ ਦੇ ਵਿੱਚ ਸ਼ੀਲਡਿੰਗ ਗੈਸ ਦਾ ਜਿਹੜਾ ਮੇਨ ਪਰਪਜ ਇਹ ਹੁੰਦਾ, ਜਦੋਂ ਇਹ ਗੈਸ ਆਪਣੀ ਜਦੋਂ ਆਪਾਂ ਬਿਲਡਿੰਗ ਕਰਦੇ ਜਿਹੜਾ ਜੁਆਇੰਟ ਆ ਉਹ ਜ਼ਿਆਦਾ ਫਲਾਅ ਨਾ ਕਰੇ, ਜਦੋਂ ਕਿਉਂਕਿ ਜਦੋਂ ਪੀਸ ਗਰਮ ਹੋਣਾ ਬਿਲਡਿੰਗ ਦੇ ਦੌਰਾਨ ਜਿਹੜਾ ਉਹ ਮੈਲਟ ਹੋ ਗਿਆ ਉਹ ਜ਼ਿਆਦਾ ਫਲਾਅ ਨਾ ਆਵੇ, ਉਹ ਫਲਾਅ ਨੂੰ ਰੋਕਦਾ, ਉਹ ਫਲਾਅ ਨੂੰ ਰੋਕਣ ਦੇ ਨਾਲ ਜਿਹੜੀ ਬਬਲ 'ਚ ਬਣਦੀਆਂ ਨੇ ਬਿਲਡਿੰਗ ਦੇ ਦੌਰਾਨ ਉਹ ਬਬਲ ਨਹੀਂ ਬਣਦੀ ਜੀ ਗੈਸ, ਠੀਕ ਹੈ। ਇਹ ਜਿਹੜੀ ਆਪਣੀ ਮੇਕ ਬਿਲਡਿੰਗ ਸੀ ਇਹ ਸਾਡੀ ਮਿਲਰ ਕੰਪਨੀ ਦੀ ਹੈ, ਇਹ ਮੇਡ ਇਨ USA ਤੋਂ ਆ, ਠੀਕ ਆ। ਇਹਦੀ ਜਿਹੜੀ ਮੇਨ ਖਾਸੀਅਤ ਇਹ ਆ ਇਹਦੇ ਵਿੱਚ ਡਬਲ ਹੋਲਡਰ ਲੱਗਦੇ ਆ, ਠੀਕ ਆ। ਜਿਵੇਂ ਇੱਧਰ ਵੀ ਇੱਕ ਹੋਲਡਰ ਲੱਗਦਾ ਇੱਧਰ ਵੀ, ਕਿਉਂਕਿ ਅਸੀਂ ਦੋ ਮਤਲਬ ਦੋ ਬਿਲਡਿੰਗਾਂ ਇਹਦੇ ਵਿੱਚ ਇੱਕ ਮਸ਼ੀਨ 'ਤੇ ਅਸੀਂ ਯੂਜ ਕਰ ਸਕਦੇ ਹਾਂ, ਪਰ ਹੁਣ ਅਸੀਂ ਇਸ ਟਾਈਮ ਅਸੀਂ ਇੱਕ ਬਿਲਡਿੰਗ ਹੀ ਯੂਜ ਕਰ ਰਹੇ ਹਾਂ, ਠੀਕ ਹੈ। ਅਸੀਂ ਸਿੰਗਲ ਹੋਲਡਰ 'ਤੇ ਵਰਕ ਕਰ ਰਹੇ ਹਾਂ, ਜਦੋਂ ਸਰ ਅਸੀਂ ਵਰਕ ਕਰਨਾ ਤਾਂ ਉਸ ਤੋਂ ਪਹਿਲਾਂ ਸਾਨੂੰ ਇਹਦਾ ਕਰੰਟ ਸੈੱਟ ਕਰਨਾ ਪੈਂਦਾ, ਕਰੰਟ ਜਿਹੜਾ ਅਸੀਂ ਅਕੋਰਡਿੰਗ ਮਟੀਰੀਅਲ ਦੇ ਸੈੱਟ ਕਰਦੇ ਹਾਂ, ਜਿੱਦਾਂ ਵੀ ਆਪਣੀ ਮਟੀਰੀਅਲ ਦੀ ਥਿਕਨੈਸ ਹੁੰਦੀ ਆ ਉਹਦੇ ਅਕੋਰਡਿੰਗ ਕਰੰਟ ਸੈੱਟ ਹੁੰਦਾ। ਜਿਹੜਾ ਹੁਣ ਅਸੀਂ ਕਰੰਟ ਸੈੱਟ ਕਰਿਆ ਹੋਇਆ ਇਹਦਾ ਜਿਹੜਾ ਆਪਾਂ ਮਿਲ ਆਪਣੇ MS ਟ੍ਰਿਪ ਦੇ ਉੱਪਰ ਜਿਹੜਾ ਅਸੀਂ ਵੱਟ ਜੁਆਇੰਟ ਲਗਾਉਣਾ ਹੈਗਾ ਉਹ ਅਸੀਂ ਕਰੰਟ 154 ਐਂਪੀਅਰ 'ਤੇ ਸੈੱਟ ਕੀਤਾ ਹੋਇਆ। ਹੁਣ ਜਦੋਂ ਅਸੀਂ ਮਸ਼ੀਨ ਔਨ ਕਰ ਲਈ ਹੈ ਸਭ ਤੋਂ ਪਹਿਲਾਂ ਸਾਡਾ ਇਹ ਕੰਮ ਆ, ਅਸੀਂ ਉਸ ਤੋਂ ਪਹਿਲਾਂ ਹੀ ਸ਼ੀਲਡਿੰਗ ਗੈਸ ਜਿਹੜੀ ਔਨ ਕਰਾਂਗੇ। ਸਾਡੀ ਸ਼ੀਲਡਿੰਗ ਗੈਸ ਅਸੀਂ ਹੁਣ ਔਨ ਕਰਦੇ, ਉਹਦੇ ਉੱਪਰ ਰੈਗੂਲੇਟਰ ਲੱਗੇ ਹੋਏ ਨੇ, ਠੀਕ ਆ, ਉਹਦੇ 'ਤੇ ਅਸੀਂ ਉਹਨੂੰ ਸੈੱਟ ਕਰ ਚੁੱਕੇ ਹਾਂ। ਅਕੋਰਡਿੰਗ ਮਟੀਰੀਅਲ ਅਸੀਂ ਜਿਹੜਾ ਉਹਦਾ ਪ੍ਰੈਸ਼ਰ ਆ ਉਹ 'ਤੇ ਸੈੱਟ ਕਰ ਦਿੱਤਾ। ਬੱਚੇ ਤੁਹਾਨੂੰ ਪਤਾ ਸੀਗਾ ਵੀ ਹੁਣ ਅਸੀਂ ਵੱਟ ਜੁਆਇੰਟ ਲਗਾਉਣਾ ਹੈਗਾ, ਹੁਣ ਅਸੀਂ ਜਿਹੜੇ MS ਟ੍ਰਿਪ ਦੇ ਦੋਨੋਂ ਪੀਸ ਨੇ ਉਹ ਅਸੀਂ ਇਹ ਆਪਣੇ ਬਿਲਡਿੰਗ ਟੇਬਲ ਦੇ ਉੱਪਰ ਸੈੱਟ ਕਰ ਚੁੱਕੇ ਹਾਂ। ਹੁਣ ਸੈੱਟ ਕਰਨ ਤੋਂ ਬਾਅਦ ਹੁਣ ਅਸੀਂ ਇਹਦੀ ਬਿਲਡਿੰਗ ਸਟਾਰਟ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਥੋੜ੍ਹਾ ਜਿਹਾ ਇਹਨੂੰ ਟਾਂਕਾ ਲਾਵਾਂਗੇ, ਕਿਉਂਕਿ ਸਾਡਾ ਜਿਹੜਾ ਦੋ ਪੀਸ ਨੇ ਵਰਕ ਪੀਸ ਨੇ ਵੀ ਇਹ ਹਿੱਲਣਗੇ ਨਹੀਂ, ਨਹੀਂ ਉੱਧਰ ਉੱਧਰ ਹਿੱਲੀ ਜਾਂਦੇ ਨੇ ਆ। ਦੋ ਟਾਂਕੇ ਲੱਗ ਗਏ ਨੇ, ਇਹਦੇ ਨਾਲ ਆਪਣੇ ਦੋ ਪੀਸ ਸੈੱਟ ਹੋ ਗਏ। ਹੁਣ ਅਸੀਂ ਕੰਟੀਨਿਊ ਵੈਲਡਿੰਗ ਕਰਾਂਗੇ। ਸਾਡੀ ਜਿਹੜਾ ਵੱਟ ਜੁਆਇੰਟ ਹੈ ਇਹ ਕੰਪਲੀਟ ਹੋ ਚੁੱਕਿਆ। ਜਿਹੜੇ ਮਾੜੇ ਮੋਟੇ ਸਲੈਗ ਪਏ ਨੇਗੇ ਇਹਦੇ ਉੱਪਰ ਉਹਨੂੰ ਚਿਪਿੰਗ ਹੈਮਰ ਦੇ ਨਾਲ ਸਾਫ਼ ਕਰਾਂਗੇ। ਇਹ ਇਸ ਵੈਲਡਿੰਗ ਦੇ ਉੱਪਰ ਸਲੈਗ ਨਹੀਂ ਜੰਮਦੀ। ਕਿਉਂ ਨਹੀਂ ਜੰਮਣੀ? ਜੰਮਣ ਦਾ ਕਾਰਨ ਹੈ ਕਿਉਂਕਿ ਨਾਲ ਆਪਾਂ ਸ਼ੀਲਡਿੰਗ ਗੈਸ ਯੂਜ ਕਰਦੇ, ਜਿਹੜੀ ਸ਼ੀਲਡਿੰਗ ਗੈਸ ਆ ਉਹ ਸਲੈਗ ਨੂੰ ਜੰਮਣ ਦੀ ਜਿਹੜੀ ਬਿਲਡਿੰਗ ਦੇ ਸਪੈਡਰ ਉਹ ਆਲੇ ਦੁਆਲੇ ਫੈਲਦੇ ਨਹੀਂ ਹੈਗੇ, ਕਿਤੇ ਬਿਲਡਿੰਗ ਪੂਰੀ ਪ੍ਰੋਪਰ ਤਰੀਕੇ ਨਾਲ ਵਿੱਚ ਪੈਨੀਟ੍ਰੇਟ ਹੋ ਜਾਂਦੀ ਹੈ। ਜਿਹੜਾ ਆਪਾਂ MS ਦਾ ਸਟ੍ਰਿਪ ਲਿਆ ਸੀ ਉਹਦੇ ਉੱਤੇ ਆਪਾਂ ਵੱਟ ਜੁਆਇੰਟ ਲਗਾ ਦਿੱਤਾ। ਆਹ ਦੇਖੋ ਆਪਾਂ ਵੱਟ ਜੁਆਇੰਟ ਦਾ ਆਪਾਂ ਜਿਹੜਾ ਜੁਆਇੰਟ ਲਗਾਇਆ ਇਹ ਆਪਾਂ ਫਲੈਟ ਪੋਜੀਸ਼ਨ ਦੇ ਵਿੱਚ ਲਗਾਇਆ। ਬੱਚੇ ਇਹ ਹੁਣ ਆਪਣਾ ਜਿਹੜਾ ਪ੍ਰੈਕਟੀਕਲ ਸੀਗਾ ਆਪਣੇ MS ਟ੍ਰਿਪ ਉੱਪਰ ਵੱਟ ਜੁਆਇੰਟ ਵਿਦ ਮੇਕ ਬਿਲਡਿੰਗ ਉਹ ਆਪਣਾ ਜੁਆਇੰਟ ਹੁਣ ਕੰਪਲੀਟ ਹੋ ਚੁੱਕਿਆ। ਆਪਾਂ ਜੋ ਹੁਣ ਨੈਕਸਟ ਵੀਡੀਓ ਦੇ ਵਿੱਚ ਇਹੀ ਮੇਕ ਬਿਲਡਿੰਗ ਦੇ ਉੱਪਰ ਆਪਾਂ ਲੈਬ ਜੁਆਇੰਟ ਬਣਾਉਂਦੇ ਹਾਂ।